ਸਤਿ ਸ਼੍ਰੀ ਅਕਾਲ ਜੀ ਕਿਸਾਨ ਆਈ ਟੀ ਸੈੱਲ ਤੋਂ ਕਿਸਾਨ ਏਕਤਾ ਮੋਰਚੇ ਤੋਂ ਲਾਈਵ ਹੋਏ ਹਾਂ ਸਾਡੇ ਨਾਲ ਨੇ ਹੈਪੀ ਖੇੜਾ ਜੀ ਮੁਕਤਸਰ ਸਾਹਿਬ ਤੋਂ ਇਹ ਸਾਡੇ ਉਹ ਵੀਰ ਭਰਾ ਨੇ ਜਿਨ੍ਹਾਂ ਨੇ ਇੱਕ ਸਲੋਗਨ ਚਲਾਇਆ ਸੀ ਵੀ ਜੇ ਪ੍ਰੋਟੈਸਟ ਕਰ ਰਹੇ ਜਿਹੜੇ ਫਾਰਮਰ ਸਾਡੇ ਪ੍ਰੋਟੈਸਟ ਕਰ ਰਹੇ ਕਿਸਾਨ ਭਰਾ ਨੇ ਜੇ ਉਹ ਖਾਲਿਸਤਾਨੀ ਨੇ ਤੇ ਮੈਂ ਵੀ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਵੀ ਹਿੰਦੂ ਖਾਲਿਸਤਾਨੀ ਹਾਂ ਜੇ ਕਿਸਾਨ ਖਾਲਿਸਤਾਨੀ ਨੇ ਤੇ ਮੈਂ ਹਿੰਦੂ ਖਾਲਿਸਤਾਨੀ ਹਾਂ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਇਹਨਾਂ ਦੇ ਕੋਲੋਂ ਵਿਚਾਰ ਸੁਣਦੇ ਹਾਂ ਕਿ ਇਹਨਾਂ ਦੇ ਮਨ ਦੇ ਵਿੱਚ ਕੀ ਆਇਆ ਤੇ ਕਿਵੇਂ ਇਹਨਾਂ ਨੇ ਇਹ ਸੋਚਿਆ ਤੇ ਇੱਥੇ ਆਣ ਕੇ ਸਾਡੀ ਸਪੋਰਟ ਕਰ ਰਹੇ ਨੇ ਹੈਪੀ ਖੇੜਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਜਿਵੇਂ ਤੁਸੀਂ ਮੈਨੂੰ ਕਿਹਾ ਪਹਿਲਾਂ ਵੀ ਮੈਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਮੇਰਾ ਕਿਸਾਨੀ ਖਿੱਤੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਲੇਕਿਨ ਜਦੋਂ ਮੋਦੀ ਸਾਹਿਬ ਦੇ ਪ੍ਰਚਾਰ ਤੰਤਰ ਵੱਲੋਂ ਗੋਦੀ ਮੀਡੀਆ ਵੱਲੋਂ ਵਾਰ ਵਾਰ ਇਹ ਦਰਸਾਇਆ ਗਿਆ ਸੀ ਕਿ ਇਹ ਜਿਹੜੇ ਕਿਸਾਨ ਅੰਨਦਾਤਾ ਦੇਸ਼ ਦੇ ਹੈ ਜਿਹੜੇ ਦੇਸ਼ ਦਾ ਢਿੱਡ ਭਰਦੇ ਹੈ ਉਹ ਜੇ ਖਾਲਿਸਤਾਨ ਨਾਲ ਉਹਨੂੰ ਜੋੜਿਆ ਜਾ ਰਿਹਾ ਸੀ ਤਾਂ ਮੇਰੇ ਮਨ 'ਚ ਇੱਕ ਚੀਸ ਉੱਠੀ ਇੱਕ ਹੂਕ ਉੱਠੀ ਮੈਨੂੰ ਦਰਦ ਹੋਇਆ ਮੈਂ ਸੋਚਿਆ ਵੀ ਉੱਥੇ ਜਾ ਕੇ ਮੈਂ ਇੱਕ ਡਾਹ ਕੇ ਕਹਾਂ ਕਿ ਮੈਂ ਜੇ ਇਹ ਅੰਨਦਾਤਾ ਕਿਸਾਨ ਜੇ ਇਹ ਖਾਲਿਸਤਾਨੀ ਹੈ ਤਾਂ ਮੈਂ ਹਿੰਦੂ ਖਾਲਿਸਤਾਨੀ ਹੈ ਮੈਂ ਵੀਰ ਜੀ ਮੈਂ ਚੌਥੀ ਵਾਰ ਇੱਥੇ ਆਇਆ ਪਹਿਲਾਂ ਪੰਜ ਦਿਨ ਤਿੰਨ ਵਾਰ ਲਾ ਕੇ ਗਿਆ ਔਰ ਮੈਂ ਤੁਹਾਨੂੰ ਆਪਦੇ ਮਨ ਦੀ ਅਵਸਥਾ ਦੱਸਦਾ ਵੀਰ ਜੀ ਜਦੋਂ ਮੈਂ ਇੱਥੋਂ ਜਾਣਾ ਮੇਰਾ ਮਨ ਮਾਨਸਿਕ ਤੌਰ 'ਤੇ ਮੇਰਾ ਮਨ ਇੱਥੇ ਹੁੰਦਾ ਸਰੀਰਕ ਤੌਰ 'ਤੇ ਉੱਥੇ ਹੁੰਦਾ ਮੇਰੇ ਮਨ 'ਚ ਬੇਅਚਬੀ ਹੁੰਦੀ ਹੈ ਕਿ ਮੈਂ ਉੱਥੇ ਕਿਸਾਨ ਵੀਰਾਂ ਨੂੰ ਇਕੱਲੇ ਛੱਡਿਆ ਆ ਹਾਲਾਂਕਿ ਮੇਰੇ ਇਕੱਲੇ ਦੀ ਸ਼ਮੂਲੀਅਤ ਇਸ ਅੰਦੋਲਨ 'ਚ ਕੋਈ ਇਨਕਲਾਬ ਨਹੀਂ ਲਿਆ ਦੇਗੀ ਪਰ ਮੈਂ ਤੁਹਾਨੂੰ ਆਪਦੇ ਮਨ ਦੀ ਅਵਸਥਾ ਦੱਸਦਾ ਮੈਨੂੰ ਇਸ ਅੰਦੋਲਨ ਨਾਲ ਵੀਰ ਜੀ ਇਸ਼ਕ ਹੋ ਗਿਆ ਮੇਰੇ ਦੋਸਤ ਮਿੱਤਰ ਹਿੰਦੂ ਫੈਮਿਲੀ 'ਚ ਹੋਣ ਕਰਕੇ ਮੇਰੇ ਦੋਸਤ ਮਿੱਤਰ ਰਿਸ਼ਤੇਦਾਰ ਅਕਸਰ ਕਹਿੰਦੇ ਸੀ ਵੀਰ ਜੀ ਕਿ ਆਪਣਾ ਲੈਣਾ ਨਹੀਂ ਦੇਣਾ ਨਹੀਂ ਤੂੰ ਐਵੇਂ ਦੂਜੇ ਦਿਨ ਤੁਰਿਆ ਰਹਿੰਦਾ ਮੈਂ ਵੀਰ ਜੀ ਮੇਰੇ ਮਨ 'ਚ ਅੱਜ ਉਹੀ ਮੈਨੂੰ ਮਾਣ ਹੁੰਦਾ ਉਹੀ ਦੋਸਤ ਮਿੱਤਰ ਰਿਸ਼ਤੇਦਾਰ ਕਹਿੰਦੇ ਹੈ ਸਾਨੂੰ ਉਸ ਤੀਰਥ ਜਿਹੜਾ ਸਥਾਨ ਹੈ ਉੱਥੇ ਸਾਨੂੰ ਵੀ ਦਰਸ਼ਨ ਕਰਾ ਲਿਆ ਵੀਰ ਜੀ ਮੈਂ ਆਪਦੇ ਬੇਟੇ ਨੂੰ ਪਿਛਲੀ ਵਾਰ ਲੈ ਕੇ ਆਇਆ ਸੀ ਸੱਚ ਜਾਣੇ ਉਹ ਇੱਥੇ ਇੱਕ ਸੁੱਖ ਕੇ ਗਿਆ ਸੀ ਕਿ ਮੈਨੂੰ ਲਾਅ 'ਚ ਐਡਮਿਸ਼ਨ ਮਿਲ ਜੇ ਪੰਜਾਬ ਯੂਨੀਵਰਸਿਟੀ 'ਚ ਔਰ ਜਾਂਦਿਆਂ ਸਾਰ ਇਹ ਉਹਨੂੰ ਲਾਅ 'ਚ ਐਡਮਿਸ਼ਨ ਮਿਲ ਗਈ ਪੰਜਾਬੀ ਇਹ ਤੀਰਥ ਸਥਾਨ ਤੋਂ ਘੱਟ ਹੈ ਵੀਰ ਜੀ ਦੱਸੋ ਤੁਸੀਂ ਮੈਂ ਦੇਖੋ ਇਹ ਮੈਨੂੰ ਇਸ਼ਟ ਹੋ ਗਿਆ ਇਹ ਕਿਸਾਨ ਵੀਰਾਂ ਨਾਲ ਤੁਹਾਡੇ ਵੀਰਾਂ ਨਾਲ ਤੁਸੀਂ ਦਿਨ ਰਾਤ ਦਾਨਿਸ਼ਮੰਦ ਜਿਹੜੇ ਸਮੁੱਚੇ ਦਾਨਿਸ਼ਮੰਦ ਆਗੂ ਨੇ ਕਿਸਾਨ ਨੂੰ ਆਗੂ ਨੇ ਜਿਨ੍ਹਾਂ ਨੇ ਆਪਦੀ ਸੋਚ ਨਾਲ ਸਿਰਡ ਨਾਲ ਸਿਆਣਪ ਨਾਲ ਇੱਕ ਰੜਕ ਨਾਲ ਇੱਕ ਅੰਦੋਲਨ ਨੂੰ ਇਹਦਾ ਰੂਪ ਦਿੱਤਾ ਸਭ ਤੋਂ ਵੱਡਾ ਹਥਿਆਰ ਜਿਹੜਾ ਤੁਸੀਂ ਵਰਤਿਆ ਵੀਰ ਜੀ ਰਾਜੇਵਾਲ ਜੀ ਓਹ ਮੈਂ ਉਸ ਬੰਦੇ ਨੂੰ ਪੂਜਦਾ ਚਾਹੇ ਉਹ ਅਗਰਾਹਾਂ ਸਾਹਿਬ ਹੋਣ ਚਾਹੇ ਡਾਕਟਰ ਸਾਹਿਬ ਹੋਣ ਚਾਹੇ ਕਾਦੀਆਂ ਸਾਹਿਬ ਹੋਣ ਵੀਰ ਜੀ ਚਾਹੇ ਰੁਲਦੂ ਸਿੰਘ ਜੀ ਹੋਣ ਡੱਲਾ ਸਾਹਿਬ ਵਾਹ ਵੀਰ ਜੀ ਇਹ ਰਾਤੋ ਰਾਤ ਆਗੂ ਨਹੀਂ ਬਣੇ ਇਹਨਾਂ ਨੇ 40-40 ਸਾਲ ਕਿਸਾਨੀ ਲਈ ਕੋਲਾਂ ਲਈ ਲੜਾਈਆਂ ਲੜੀਆਂ ਵੀਰ ਜੀ ਇਹਨਾਂ ਨੇ ਆਪਦੀ ਰੜਕ ਔਰ ਸਿਆਣਪ ਨਾਲ ਸਾਰੀ ਸਰਕਾਰ ਦੇ ਗੋਡੇ ਟਿਕਾ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਦਾ ਸਭ ਤੋਂ ਵੱਡਾ ਹਥਿਆਰ ਸੀ ਜਿਹਦੇ 'ਚ ਤੁਸੀਂ ਸਭ ਤੋਂ ਤੁਸੀਂ ਵੀ ਇੱਕ ਉਸ ਹਥਿਆਰ ਦਾ ਹਿੱਸਾ ਹੋ ਉਹ ਸੀ ਸ਼ਾਂਤੀ ਡਿਸਿਪਲਿਨ ਵੀਰ ਜੀ ਜਦੋਂ ਮਰਿਆਦਾ ਪੁਰਸ਼ੋਤਮ ਰਾਮ ਜੀ ਨੇ ਰਾਵਣ ਜੀ ਦਾ ਵੱਧ ਕੀਤਾ ਤਾਂ ਰਾਵਣ ਜੀ ਜਨ ਸਲਾਬ ਨੇ ਕਿਹਾ ਕਿ ਉਹ ਰਾਵਣ ਐਡਾ ਬਲ ਵਾਲਾ ਐਡਾ ਬੁੱਧੀ ਵਾਲਾ ਐਡਾ ਗਿਆਨ ਵਾਲਾ ਉਹਦਾ ਵੱਧ ਕਿਵੇਂ ਹੋ ਗਿਆ ਤਾਂ ਰਾਵਣ ਜੀ ਨੇ ਰਾਮ ਜੀ ਨੇ ਜਵਾਬ ਦਿੱਤਾ ਸੀ ਕਿ ਮੇਰੇ ਕੋਲ ਸਬਰ ਸੀ ਮੇਰੇ ਕੋਲ ਸੰਤੋਖ ਸੀ ਮੇਰੇ ਕੋਲ ਅਨੁਸ਼ਾਸਨ ਸੀ ਉਹੀ ਅੱਜ ਕਿਸਾਨ ਵੀਰ ਰਾਮ ਜੀ ਦੇ ਫਲਸਫੇ 'ਤੇ ਚੱਲ ਰਹੇ ਨੇ ਮੈਂ ਵੀਰ ਜੀ ਬੇਨਤੀ ਕਰਾਂ ਇਹਨਾਂ ਕਿਸਾਨ ਆਗੂਆਂ ਨੇ ਮੇਰੀ ਗੱਲ ਯਾਦ ਰੱਖਿਓ ਇਹਨਾਂ ਨੂੰ ਲੋਕ
ਪੀਰਾ ਪੰਗੰਗਰਾ ਵਾਂਗੂ ਆਉਣ ਵਾਲਾ ਇਤਿਹਾਸ ਪੂਜਿਆ ਕਰੇਗਾ ਸਾਡੇ ਆਉਣ ਵਾਲੀ ਜਨਰੇਸ਼ਨਸ। ਮੈਂ ਵੀਰ ਜੀ ਸਭ ਤੋਂ ਵੱਡੀ ਗੱਲ ਮੈਂ ਇਹ ਦੇਖ ਰਿਹਾ ਸੀ ਜਿਹੜੇ ਇੱਥੋਂ ਦਾ ਗੋਦੀ ਮੀਡੀਆ ਗੋਦੀ ਮੀਡੀਆ ਜੇ ਤੁਸੀਂ ਨਾ ਹੁੰਦੇ ਤਾਂ ਇਸ ਅੰਦੋਲਨ ਨੇ ਇੰਨੀ ਟੀ ਸੀ 'ਤੇ ਨਹੀਂ ਪਹੁੰਚਣਾ ਸੀ ਕਿਉਂਕਿ ਗੋਦੀ ਮੀਡੀਆ ਨੇ ਆਪਣੀ ਕਲਮ ਔਰ ਜ਼ੁਬਾਨ ਨਾਲ ਕੋਈ ਇਨਸਾਫ ਨਹੀਂ ਕੀਤਾ। ਜੇ ਉਹ ਇਨਸਾਫ ਸਿੱਖਣਾ ਚਾਹੁੰਦੇ ਨੇ ਆਪਣੀ ਕਲਮ ਦਾ ਸਿੱਖਣ ਰਵੀਸ਼ ਕੁਮਾਰ ਜੀ ਤੋਂ ਸਿੱਖਣ ਅਭਿਸ਼ਾਰ ਸ਼ਰਮਾ ਤੋਂ ਸਿੱਖਣ ਅਜੀਤ ਅੰਜਮ ਤੋਂ ਸਿੱਖਣ ਸਿਮਰਨ ਜੋਤ ਤੋਂ ਸਿੱਖਣ ਬਖਤੌਰ ਢਿੱਲੋਂ ਤੋਂ ਟਹਿਣਾ ਸਾਹਿਬ ਤੋਂ ਪੰਨੂ ਸਾਹਿਬ ਤੋਂ ਯਾਦਵਿੰਦਰ ਤੋਂ ਮੈਂ ਜੇ ਜਿਨ੍ਹਾਂ ਨੇ ਇੱਕ ਮਜ਼ਬੂਤ ਥੰਮ ਬਣ ਕੇ ਤੁਸੀਂ ਲੋਕਾਂ ਨੇ ਇਸ ਅੰਦੋਲਨ ਨੂੰ ਅੱਜ ਕਿੱਥੇ ਦੁਨੀਆ ਵਿਆਪੀ ਬਣਾਇਆ, ਇਕੱਲਾ ਦੇਸ਼ ਵਿਆਪੀ ਨਹੀਂ, ਇਹ ਦੇਸ਼ ਭਗਤ ਕੌਮ ਹੈ ਵੀਰ ਜੀ, ਇਹ ਦੇਸ਼ ਭਗਤ ਕੌਮ ਹੈ। ਅੱਜ ਇਹਨਾਂ ਨੂੰ ਤੁਸੀਂ ਯਾਦ ਕਰੋ ਆਪਦੀ ਮੋਦੀ ਸਾਹਿਬ, ਤੁਸੀਂ ਪਿਛੋਕੜ ਦੇ ਆਪਦੇ ਪੰਨੇ ਫਲੋਰੋ ਤੁਹਾਨੂੰ ਮਹਿਸੂਸ ਹੋਊਗਾ। ਤੁਸੀਂ ਯਾਦ ਕਰੋ ਵੇਲਾ 1977 ਦੀ ਐਮਰਜੈਂਸੀ ਵੇਲੇ ਜਦੋਂ ਤੁਸੀਂ ਲੁਕਦੇ ਫਿਰਦੇ ਸੀ ਪੱਗ ਬੰਨ ਕੇ ਪੰਜਾਬ 'ਚ, ਉਹੀ ਕਿਉਂਕਿ ਤੁਹਾਨੂੰ ਪਤਾ ਸੀ ਕਿ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਦਸਤਾਰ ਨੂੰ ਕੋਈ ਹੱਥ ਨਹੀਂ ਪਾਵੇਗਾ। ਅੱਜ ਤੁਹਾਨੂੰ ਉਸੇ ਪੱਗ 'ਚੋਂ ਅੱਤਵਾਦੀ ਨਜ਼ਰ ਆ ਰਹੇ ਮੋਦੀ ਸਾਹਿਬ। ਇੱਕ ਤੁਸੀਂ ਆਹ ਦੇਖੋ ਪਿਛਲੇ ਵੀਰ ਜੀ ਦੋ ਤਿੰਨ ਦਿਨਾਂ ਤੋਂ ਇੱਕ ਕਿੱਡਾ ਦੇਸ਼ ਵਾਸੀਆਂ ਦੇ ਕੱਟਾ ਇਹਨਾਂ ਨੇ ਅੱਖਾਂ 'ਚ ਪਾਇਆ। ਸੁਪਰੀਮ ਕੋਰਟ 'ਚ ਰਾਤੋ ਰਾਤ ਮਾਣਯੋਗ ਜਿਹੜੀ ਸਰਵਉੱਚ ਮੰਦਰ ਹੈ ਨਿਆਂ ਦਾ, ਉਹਦੇ 'ਚ ਇੱਕ ਰਾਤੋ ਰਾਤ ਚਾਰ ਮੈਂਬਰੀ ਕਮੇਟੀ ਬਣਦੀ ਹੈ, ਕਿੱਡਾ ਵੱਡਾ ਖੇਲ ਮਾਣਯੋਗ ਹੈ। ਉਸ ਤੋਂ ਉੱਤੇ ਕੋਈ ਸ਼ਾਇਦ ਜਦੋਂ ਦੋ ਭਰਾਵਾਂ ਦੀ ਵੀ ਘਰੇ ਲੜਾਈ ਹੁੰਦੀ ਹੈ ਉਹ ਇੱਕ ਥਾਂ 'ਤੇ ਕਹਿੰਦੇ ਹੈ ਵੀ ਦੇਖਾਂਗੇ ਤੈਨੂੰ ਅਦਾਲਤ 'ਚ ਦੇਖਾਂਗੇ, ਉਹ ਵਿਸ਼ਵਾਸ ਮੋਦੀ ਸਾਹਿਬ ਤੁਸੀਂ ਅਦਾਲਤ ਦਾ ਵੀ ਕੋਈ ਕਵੇ ਨਾ ਕਵੇ ਉਹ ਵਿਸ਼ਵਾਸ ਵੀ ਉਸ ਮੰਦਰ ਦਾ ਤੋੜਿਆ ਤੁਸੀਂ ਅਦਾਲਤ ਦੇ ਮੰਦਰ ਦਾ। ਮੇਰੀ ਬੇਨਤੀ ਹੈ ਮੋਦੀ ਸਾਹਿਬ ਤੁਸੀਂ ਇਹਨਾਂ ਪੋਲੇ ਪਾਲੇ ਲੋਕਾਂ ਨੂੰ, ਇਹ ਇੱਕ ਫਿਰਕੇ ਦਾ ਅੰਦੋਲਨ ਨਹੀਂ ਮੈਂ ਜੋ ਵਾਰ ਵਾਰ ਕਹਿ ਰਿਹਾ, ਇਹ ਵੀਰ ਜੀ ਇਹ ਅੰਦੋਲਨ ਹਿੰਦੂ ਵੀ ਇੱਥੇ ਆਉਂਦਾ, ਸਿੱਖ, ਈਸਾਈ, ਬੋਧੀ, ਜੈਨੀ ਸਾਰੇ ਇੱਥੇ, ਸਾਰੇ ਦੇਸ਼ ਦੇ ਕਿਸਾਨ ਨੇ ਚਾਹੇ ਉਹ ਕਿਸੇ ਵੀ ਸੂਬੇ ਦਾ ਹੋਵੇ। ਸੋ ਮੈਂ ਬੇਨਤੀ ਕਰਦਾ ਮੋਦੀ ਸਾਹਿਬ ਹੱਟ ਤਿਆਗ ਦਿਓ, ਹੱਟ ਤਿਆਗ ਦਿਓ, ਹੱਟ ਤਿਆਗ ਦਿਓ। ਬਹੁਤ 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 ਧੰਨਵਾਦ। ਸਾਡੇ ਨਾਲ ਹੈਪੀ ਖੇੜਾ ਜੀ ਸੀ, ਜਿਵੇਂ ਤੁਸੀਂ ਸੁਣਿਆ ਕਿ ਇਹ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਪਰ ਜੋ ਇਹਨਾਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਕੁਛ ਮੀਡੀਆ ਸਾਨੂੰ ਖਾਲਿਸਤਾਨੀ, ਅੱਤਵਾਦੀ, ਮਾਓਵਾਦੀ, ਨੈਕਸਲਾਈਟ ਕਿਸੇ ਤਰੀਕੇ ਦੇ ਕਿੰਨੇ ਕਿੰਨੇ ਤਰ੍ਹਾਂ ਦੇ ਨਾਮ ਦੇ ਰਹੇ ਸੀਗੇ, ਅਤੇ ਇਹਨਾਂ ਦੇ ਅੰਦਰ ਵੀ ਉਬਾਲ ਉੱਠਿਆ ਅਤੇ ਮੁਕਤਸਰ ਤੋਂ ਇੱਥੇ ਆ ਕੇ ਇਹਨਾਂ ਨੇ ਸਲੋਗਨ ਚਲਾਇਆ ਕਿ ਜੇ ਇਹ ਕਿਸਾਨ ਇੱਥੇ ਜੋ ਪ੍ਰੋਟੈਸਟ ਕਰ ਰਿਹਾ ਖਾਲਿਸਤਾਨੀ ਹੈ ਤਾਂ ਮੈਂ ਵੀ ਹਿੰਦੂ ਖਾਲਿਸਤਾਨੀ ਹੈ। ਇਹਨਾਂ ਦਾ ਬਹੁਤ ਧੰਨਵਾਦ ਜੋ ਇਹਨਾਂ ਨੇ ਹਰ ਕਿਸੇ ਨੂੰ ਇਹ ਕਲੀਅਰ ਕੀਤਾ ਕਿ ਇੱਥੇ ਕੋਈ ਖਾਲਿਸਤਾਨ ਵਾਲੀ ਗੱਲ ਨਹੀਂ, ਕੋਈ ਇੱਥੇ ਅੱਤਵਾਦੀਆਂ ਵਾਲੀ ਗੱਲ ਨਹੀਂ, ਇਹ ਸਿਰਫ ਨਰੋਲ ਹਰ ਇੱਕ ਜਾਤ ਦਾ, ਹਰ ਇੱਕ ਜਾਤ ਦੇ ਕਿਸਾਨ ਦਾ ਅੰਦੋਲਨ ਹੈ। ਧੰਨਵਾਦ।